फिस्टोला की प्रॉब्लम सी इधर मैंने मेरे फ्रेंड ने दिता कि दसिया सी भाई मैं स्टाफ हॉस्पिटल जाओ मैं डॉक्टर साहब ने मिले सी ते दुबारा च मेरा लेजर दे नाल कीता मेरे लिए बहुत वधिया था ਸਸਿਕਾ ਜੀ ਮੇਰਾ ਨਾਮ ਸੁਖਵਿੰਦਰ ਡੇਵਿਡ ਮੈਂ ਵੈਲਜਗਾ ਢੀਂਸਾ ਗੁਰਿਆਣ ਦੇ ਕੋਲ ਨੀਅਰ ਡਿਸਟ੍ਰਿਕਟ ਜਾਂਦਾ ਮੈਨੂੰ ਫਿਸਟੋਲਾ ਦੀ ਪ੍ਰੋਬਲਮ ਸੀ ਜਿਸ ਤੋਂ ਪਹਿਲਾਂ ਵੀ ਮੈਂ ਸਰਜਰੀ ਕਰਵਾਈ ਸੀ 5 ਸਾਲ ਪਹਿਲਾਂ ਪਰ ਮੈਨੂੰ ਉਹਦੇ ਨਾਲ ਨਹੀਂ ਸੈੱਟ ਰਿਹਾ ਪਹਿਲਾਂ ਥੋੜ੍ਹੇ ਟਾਈਮ ਸੀ ਉਸ ਤੋਂ ਬਾਅਦ ਫਿਰ ਮੈਨੂੰ ਦੁਬਾਰਾ ਪ੍ਰੋਬਲਮ ਆਉਣਾ ਪਈ ਅਤੇ ਫਿਸਟੋਲਾ ਫਿਰ ਦੁਬਾਰਾ ਮੈਨੂੰ ਇੱਧਰ ਮੈਨੂੰ ਮੇਰੇ ਫਰੈਂਡ ਨੇ ਦਿੱਤਾ ਕਿ ਦੱਸਿਆ ਸੀਗਾ ਵੀ ਮੈਂ ਸਟਾਫ ਹੋਸਪਿਟਲ ਜਾਊਂ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਮੈਨੂੰ ਸਮਝਾਇਆ ਸਾਰੇ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਮੇਰਾ ਲੇਜ਼ਰ ਦੇ ਨਾਲ ਕੀਤਾ ਲੇਜ਼ਰ ਨਾਲ ਕੋਈ ਟਾਂਕਾ ਨਹੀਂ ਕੁਛ ਨਹੀਂ ਨਾ ਬਲੀਡਿੰਗ ਕੁਛ ਨਹੀਂ ਹੋਇਆ ਅਤੇ ਫਿਰ 4 ਘੰਟਿਆਂ ਦੇ ਬਾਅਦ ਮੈਨੂੰ ਪੀਣ ਨੂੰ ਦੇਣ ਸਟਾਰਟ ਕਰ ਦਿੱਤਾ ਅਤੇ ਮੇਰੇ ਲਈ ਬਹੁਤ ਵਧੀਆ ਤੁਹਾਨੂੰ ਕਿਸੇ ਨੂੰ ਵੀ ਦੋਸਤ ਨੂੰ ਭਰਾ ਨੂੰ ਭੈਣ ਨੂੰ ਕਿਸੇ ਨੂੰ ਵੀ ਬਾਬਾ ਸੀਰ ਦੀ ਜਾਂ ਫਿਸਟੋਲਾ ਦੀ ਕੋਈ ਇੱਦਾਂ ਦੀ ਪ੍ਰੋਬਲਮ ਆ ਤੁਸੀਂ ਜ਼ਰੂਰ ਆਓ ਸਟਾਫ ਹੋਸਪਿਟਲ ਬਹੁਤ ਵਧੀਆ ਹੋਸਪਿਟਲ ਆ ਅਤੇ ਸਟਾਫ ਅਤੇ ਡਾਕਟਰ ਸਾਹਿਬ ਸਾਰੇ ਹੀ ਬਿਲਕੁਲ ਫਰੈਂਡਲੀ ਆ ਸਾਰੇ ਵਧੀਆ ਹੈ ਜੀ ਥੈਂਕ ਯੂ